ਹੁਣ ਦਿਨ ਛਿਪ ਗਿਆ ਰਾਤ ਪੈਂਦੀ ਆ ਮੂਹਰੇ ਕਿੱਥੇ ਜਾਵਾਂਗੇ ਹੁਣ ਆਪਾਂ ਉਹੀ ਤਾਂ ਗੱਲ ਹੈ ਬੇਬੇ ਤੇਰਾ ਚਮਲਾਇਆ ਹੋਇਆ ਸੀ ਦੁੱਖ ਦਿੱਤਾ ਜਿਹੜੇ ਨੇ ਫਿਰ ਪੁੱਤ ਹੁਣ ਕਿਵੇਂ ਕਰੀਏ ਉਹ ਤਾਂ ਜਿਹੜਾ ਕੁਝ ਹੋ ਗਿਆ ਕਰਤਾ ਜੇ ਜਾਉਣੇ ਉਹਦੀ ਅਕਲ ਸੀਗੀ ਹੁਣ ਆਪਾਂ ਕੀ ਕਰੀਏ ਚੱਲਦੇ ਆ ਬੇਬੇ ਕਿਸੇ ਗੁਰੂ ਘਰ ਚ ਰਾਤ ਚੱਲਾਂਗੇ ਆਊਗੀ ਕੋਈ ਬੱਸ ਬੁਸ ਮਿਲੂਗੀ ਦੇਖਦੇ ਆ ਕੁਛ ਆਜੂ ਮਨ ਤਾਂ ਦੀਨਾ ਨੀ ਦਿਨ ਤਾਂ ਗਿਆ ਜਮਾ ਹੀ ਬੈਠੀਏ ਜਾ ਕੇ ਟਿਕਾਣਾ ਤਾਂ ਮੈਂ ਦੱਸ ਰਿਹਾ ਸਾਡਾ ਆਸ਼ਰਮ ਬਣਿਆ ਹੋਇਆ ਗਾ ਜੀ ਅੱਛਾ ਨਾਲ ਹੀ ਇੱਥੇ ਅੱਛਾ ਉੱਥੇ ਲੈ ਚੱਲਦਾ ਤੁਹਾਨੂੰ ਲੈ ਚੱਲ ਬਾਈ ਸਾਨੂੰ ਆਜੋ ਜੀ ਚਲੋ ਇੱਧਰ ਆ ਜਾ ਬੇਬੇ ਮੈਂ ਇਸ ਆਸ਼ਰਮ ਦੇ ਵਿੱਚ ਡਾਕਟਰ ਹੈਗੀ ਮੈਂ ਬਜ਼ੁਰਗਾਂ ਦੀ ਦੇਖਭਾਲ ਕਰਦੀ ਆ ਤੇ ਇਹ ਤੁਸੀਂ ਲੋਈ ਰੱਖ ਲੋ ਤੇ ਜਿਸੇ ਜੇ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੋਈ ਨਾ ਮੈਨੂੰ ਦੱਸਿਓ ਠੀਕ ਆ ਪੁੱਤ ਠੀਕ ਹੈ ਮੈਂ ਹੀ ਦੇਖਭਾਲ ਕਰਦੀ ਇੱਥੇ ਸਾਰੇ ਬਜ਼ੁਰਗਾਂ ਦੀ ਠੀਕ ਆ ਪੁੱਤ ਹਾਂਜੀ ਕਿਸੇ ਵੀ ਕੱਪੜੇ ਦੀ ਕੋਈ ਚੀਜ਼ ਦੀ ਖਾਣ ਪੀਣ ਦੀ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤੁਸੀਂ ਮੈਨੂੰ ਦੱਸਣਾ ਠੀਕ ਆ ਬੇਟਾ ਠੀਕ ਹੈ ਬੇਬੇ ਜੀ ਠੀਕ ਆ ਪੁੱਤ ਠੀਕ ਹਾਂ ਕਿਸੇ ਪ੍ਰਕਾਰ ਦੀ ਕੋਈ ਟੈਨਸ਼ਨ ਨਹੀਂ ਲੈਣੀ ਇੱਥੇ ਠੀਕ ਹੈ ਮੈਂ ਤੁਹਾਡੀ ਦੇਖਭਾਲ ਕਰ ਲਈ ਹੈਗੀ ਆ ਅੱਛਾ ਠੀਕ ਆ ਦੇਖ ਲਓ ਕਿੰਨੀ ਸਿਆਣੀ ਕੁੜੀ ਆ ਤੇ ਕੋ ਆਪਣਾ ਨਲਾਇਕ ਪੁੱਤ ਬੇਬੇ ਤੈਨੂੰ ਆਖਿਆ ਸੀ ਉਦੋਂ ਵੀ ਕੁੜੀ ਰੱਖ ਲੈ ਉਦੋਂ ਤਾਂ ਗੋਦ ਦੇਣ ਦੀ ਕਰੀ ਜੇ ਅੱਜ ਹੁੰਦੀ ਆਪਾਂ ਨੂੰ ਇੱਥੇ ਨਹੀਂ ਪਹੁੰਚਣਾ ਪੈਂਦਾ ਸੀ ਠੀਕ ਹੋ ਮਾਤਾ ਜੀ ਠੀਕ ਹੋ ਬਾਪੂ ਜੀ ਹਾਂ ਪੁੱਤ ਠੀਕ ਆ ਸਿਹਤ ਠੀਕ ਹੈ ਤੁਹਾਡੀ ਹਾਂ ਸਿਹਤ ਠੀਕ ਆ ਬੇਟੇ ਅੱਛਾ ਬੇਬੇ ਜੀ ਉਹ ਤੁਹਾਡੀ ਐਨਕ ਦਾ ਸ਼ੀਸ਼ਾ ਟੁੱਟ ਗਿਆ ਸੀ ਨਾ ਹਾਂ ਆ ਲੋ ਨਵਾਂ ਪਵਾਤਾ ਚਲੋ ਵਧੀਆ ਠੀਕ ਹੈ ਧਿਆਨ ਰੱਖਿਓ ਹੁਣ ਧੰਨਵਾਦ ਆ ਲੋ ਇਹਦੇ ਵਿੱਚ ਪਾ ਲੈ ਡੱਬੀ ਚ ਲੈ ਮੈਨੂੰ ਫੜਾ ਲੈ ਬੇਬੇ ਅੱਛਾ ਬੇਬੇ ਤੁਹਾਡੀ ਦਵਾਈ ਜਿਹੜੀ ਖਤਮ ਹੋਈ ਸੀ ਨਾ ਹਾਂ ਉਹ ਇਸ ਚ ਤੁਸੀਂ ਟਾਈਮ ਸਿਰ ਲੈ ਲਿਓ ਦਵਾਈ ਠੀਕ ਸਵੇਰ ਦੀ ਲੈ ਲਈ ਹਾਂ ਸਵੇਰ ਦੀ ਤੇ ਰਹੇਗੀ ਅੱਛਾ ਜੀ ਬਾਪੂ ਜੀ ਤੁਸੀਂ ਠੀਕ ਹੋ ਹਾਂ ਠੀਕ ਆ ਪੁੱਤ ਠੀਕ ਕੋਈ ਪ੍ਰੋਬਲਮ ਤਾਂ ਨਹੀਂ ਤੁਹਾਨੂੰ ਨਾ ਕੋਈ ਪ੍ਰੋਬਲਮ ਨਹੀਂ ਤੁਹਾਨੂੰ ਤਾਂ ਨਹੀਂ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਦੱਸ ਦੇ ਉੱਥੇ ਕੋਈ ਫਿਕਰ ਨਾ ਕਰਿਓ ਕਿਸੇ ਵੀ ਗੱਲ ਦਾ ਠੀਕ ਆ ਪੁੱਤ ਠੀਕ ਹੈ ਮੈਨੂੰ ਕੋਈ ਵੀ ਤੁਹਾਨੂੰ ਪ੍ਰੋਬਲਮ ਹੋਵੇ ਨਾ ਕਿਸੇ ਪ੍ਰਕਾਰ ਦੀ ਕੋਈ ਵੀ ਤੁਹਾਨੂੰ ਮੁਸ਼ਕਲ ਆਉਂਦੀ ਹੈ ਕੋਈ ਚੀਜ਼ ਕੁਝ ਵੀ ਲੈਣਾ ਮੈਨੂੰ ਦੱਸੋ ਪਹਿਲਾਂ ਠੀਕ ਆ ਪੁੱਤ ਠੀਕ ਹੈ ਜੀ ਮਾਤਾ ਜੀ ਤੁਹਾਨੂੰ ਤੋਰਾ ਫੇਰਾ ਕਰਵਾ ਦਈਏ ਥੋੜਾ ਜਿਹਾ ਦੇਖ ਕਰਿਆ ਬੇਬੇ ਤੋਰਾ ਫੇਰਾ ਕਰ ਆ ਮੈਨੂੰ ਫੜਾ ਦੇ ਬੇਬੇ ਦੇਖ ਲਾ ਕਿੰਨੀ ਸਿਆਣੀ ਕੁੜੀ ਆ ਜੇ ਆਪਣੀ ਕੁੜੀ ਹੁੰਦੀ ਉਹ ਤਾਂ ਅੱਜ ਆਪਾਂ ਨੂੰ ਵੀ ਇਹ ਦਿਨ ਨਹੀਂ ਦੇਖਣੇ ਪੈਂਦੇ ਸੀ ਤੇ ਆਪਣੀ ਸੇਵਾ ਕਰਦੀ ਤੇ ਨਾਲੇ ਆਪਾਂ ਨੂੰ ਸਾਂਭਦੀ ਤੇ ਉਹ ਨਲਾਇਕ ਪੁੱਤ ਜਿਹਨੇ ਆਪਾਂ ਨੂੰ ਮਾਰ ਮਾਰ ਕੇ ਘਰੋਂ ਕੱਢਿਆਗਾ ਉਹ ਬਸ ਕੀ ਦੱਸਾਂ ਹੁਣ ਮੈਂ ਤੈਨੂੰ ਮੇਰੀ ਵੀ ਅਕਲ ਤੇ ਪਰਦਾ ਪਿਆ ਹੋਇਆ ਸੀ ਦੇਖ ਲਾ ਕਿੰਨੀ ਸਿਆਣੀ ਕੁੜੀ ਆ ਕਿੰਨਾ ਖਿਆਲ ਰੱਖਦੀ ਆ ਹਨਾ ਨਾਲੇ ਆਪਣੀ ਧੀ ਨੀ ਹਨਾ ਹਾਂ ਦੇਖ ਲੈ ਬੇਬੇ ਇੰਨੀ ਸਿਆਣੀ ਕੁੜੀ ਆ ਆਪਦਿਆਂ ਨਾਲੋਂ ਵੀ ਵੱਧ ਕਰਦੀ ਆਪਣਾ ਵੱਧ ਕਰਦੀ ਆ ਬਹੁਤ ਹੀ ਜ਼ਿਆਦਾ ਸਿਆਣੀ ਪਤਾ ਨਹੀਂ ਕਾਹ ਤੋਂ ਮੈਨੂੰ ਤਾਂ ਨਾ ਇਹ ਕੁੜੀ ਨਾਲ ਇੱਕ ਲਗਾਵ ਜਿਹਾ ਹੋ ਗਿਆ ਵੀ ਜਿਵੇਂ ਮੇਰੀ ਧੀ ਹੁੰਦੀ ਆ ਸੇਵਾ ਕਰਦੀ ਆ ਐਂ ਮੈਨੂੰ ਲੱਗਦਾ ਵੀ ਜਿਵੇਂ ਆਪਣੀ ਹੁੰਦੀ ਆ ਜਦੋਂ ਆਪਾਂ ਨੂੰ ਸਾਂਭਦੀ ਆ ਬੇਬੇ ਫਿਰ ਆਪਣਾ ਹੋਣਾ ਹੀ ਆ ਬਜ਼ੁਰਗਾਂ ਨਾਲ ਦੋ ਮਿੰਟ ਗੱਲਾਂ ਕਰ ਲਈਏ ਨਾਲੇ ਇਹਨਾਂ ਨੂੰ ਆਸ਼ਰਮ ਬਾਰੇ ਦੱਸ ਦਈਏ ਇਹਨਾਂ ਦਾ ਵੀ ਮਨ ਪਰਚਾਵਾ ਹੋ ਜਾਊਗਾ ਬੇਬੇ ਉਹ ਬਾਈ ਆਉਂਦਾ ਜਿਹਦੇ ਕਰਕੇ ਆਪਾਂ ਨੂੰ ਰੋਟੀ ਮਿਲਣ ਲੱਗੀ ਹੈ ਇੱਥੇ
आश्रम देखो जी अपना जो आश्रम 2016 हो फोटो च मेरे बापू जी ने जी। अच्छा जी हाँ जी हाँ जी देखो आश्रम बारे जिन्ना भी सेवा की सारी आश्रम बारे है जी बहुत मरीजा सेवा करते रहे अस ठीक है जी देखो जी फोटो कि छोटी कुड़ी की हाँ ये गल ए जी अज तो 20 साल पहला ना जी मेरे बापू हुरी जाते से इधर लंघे जी राह कुड़ी पई सी उ कूड़े के उतों लेके आए थे उदो ओ तो बाद 20 साल हो गए वो इतनी सेवा करती है जी बेबे तेरे तो मेरी धी है तू ये धोखा की किया मेरे नाल अच्छा जी थोड़ी धी है ये हाँ मेरी सस ने आ जड़ी बैठी है इन्हें ये आख्या सी भी मैं तेरी कुड़ी मेरी भतीज नूं दे बच्चा नहीं हो सकता ते ओनू दित्ती है कि ओने गोद लेती है पुत्ता ए कुड़ी नूं मिला मैनू ओनू बुला के लिया मेरे कोले मैं ओनू मिलना चाहनी हां ठीक है हुणी जांदा जी मैं हां तुसी एड्डी वड्डी गल छपाई मैं तो तुसी मेरी कुड़ी सट के आए सी की करा मेरे तो मुंह ते पर्दा पै गया सीगा ਤਾਂਯੋ ਫੇਰ ਉਸ ਕਰਮਾਂ ਦੀ ਸਜ਼ਾ ਸੋਨੂੰ ਹੁਣ ਮਿਲ ਰਹੀ ਆ ਵਧੀਆ ਹੋਇਆ ਤੁਸੀਂ ਇਸ ਬਿਰਧ ਆਸ਼ਰਮ ਚੋਂ ਮੈਂ ਤਾਂ ਕਹਿਣੀ ਆ ਸੋਨੂੰ ਇਦੂ ਵੀ ਦੁੱਗਣੀ ਸਜ਼ਾ ਮਿਲਣੀ ਸੀ ਹਲੇ ਤਾਂ ਘੱਟ ਆ ਸਾਨੂੰ ਤਾਂ ਪ੍ਰਮਾਤਮਾ ਨੇ ਸਜ਼ਾ ਦਵਾਈ ਦਿੱਤੀ ਬੇਬੇ ਮੈਂ ਤੈਨੂੰ ਕਿੰਨਾ ਰੋਕਿਆ ਸੀ ਤੂੰ ਮੇਰੀ ਇੱਕ ਗੱਲ ਨਹੀਂ ਮੰਨੀ ਪੁੱਤ ਮਾਫ ਕਰ ਦੇ ਮੈਂ ਤੇ ਜਿਹੜੀ ਹੋਣੀ ਸੀ ਉਹ ਤਾਂ ਬੇਬੇ ਇਹ ਮਾਫ ਕਰਨ ਵਾਲੀ ਗਲਤੀ ਨਹੀਂ ਇਹ ਤਾਂ ਸਜ਼ਾ ਹੈ ਇੱਕ ਸਜ਼ਾ ਸਜ਼ਾ ਬੇਬੇ ਆਪਾਂ ਨੂੰ ਮਿਲ ਗਈ ਆਪਾਂ ਨੂੰ ਪ੍ਰਮਾਤਮਾ ਨੇ ਉਨੀ ਸਜ਼ਾ ਦੇਤੀ ਪਰ ਮੈਨੂੰ ਵਾਧੂ ਦੀ ਮਿਲੀ ਆ ਸੋਡੇ ਨਾਲ ਇਸ ਸਜ਼ਾ ਦੇ ਹੱਕਦਾਰ ਤੁਸੀਂ ਦੋਨੇ ਸੀ ਹਾਂ ਹੱਕਦਾਰ ਤਾਂ ਅਸੀਂ ਦੋਨੇ ਸੀ ਪਰ ਮੇਰੀ ਗਲਤੀ ਇਹ ਰਹੀ ਕਿ ਮੈਂ ਉਹਦੀ ਪੜਤਾਲ ਨਹੀਂ ਕੀਤੀ ਤੇ ਨਾ ਹੀ ਕਦੇ ਉਸ ਨੂੰ ਮਿਲੀ ਆ ਮੈਨੂੰ ਮਾਫ ਕਰ ਹੁਣ ਮੈਂ ਕੀ ਕਰਾਂ ਸੋਨੂੰ ਮਾਫ ਕਰਾਂ ਕਿ ਕਿ ਸੋਨੂੰ ਮੈਂ ਵੀ ਸਜ਼ਾ ਦੇਵਾਂ ਮਾਫੀ ਦੇ ਲਾਇਕ ਤਾਂ ਅਸੀਂ ਹੈ ਨਹੀਂ ਸੀਗੇ ਪਰ ਸਾਨੂੰ ਮਾਫ ਕਰ ਦੇ नशे पते करदा है दारू पींदा तेरे भरा दी माड़ी करतूत कारण अज सानू ए दिन देखने पै रहे ने पुत मार के बापू कोई ना बापू तुसी फिकर ना करो मैं सोडे नाल आ मैं सोडी धी आ तुसी मेरे मां बाप हो पुत असी माफी दे लायक तां है नहीं सी पर तू सानू माफ कर दे तू साडा पुत बन के धी बन के साडी सेवा कीती है पुत तू सानू माफ कर दे माफ कर दे कोई ना बापू कोई ना आपां इकट्ठे रहेंगे पुत साडे नाल चल तुसी मेरे मां प्यो हो तुसी मेरे बेबे हो कोई गल नहीं ਵੀਰੇ ਹਾਂ ਭਾਈ ਤੁਸੀਂ ਇੱਥੇ ਕਿਵੇਂ ਬੈਠੇ ਹੋ ਤੁਸੀਂ ਕੌਣ ਮੈਂ ਤਾਂ ਵੀਰੇ ਇੱਥੇ ਵਿਰਧ ਆਸ਼ਰਮ 'ਚ ਜੌਬ ਕਰਦੀ ਆ ਬਜ਼ੁਰਗਾਂ ਦੀ ਦੇਖਭਾਲ ਕਰਦੀ ਆ ਮੈਂ ਤਾਂ ਇਨਸਾਨੀਅਤ ਤੌਰ ਤੇ ਤੁਹਾਨੂੰ ਇੱਥੇ ਬੈਠਿਆ ਦੇਖਿਆ ਵੀ ਵੀਰਾ ਕਿਵੇਂ ਇੱਥੇ ਪਿਆਗਾ ਭੈਣੇ ਮੇਰੀ ਕਹਾਣੀ ਬੜੀ ਦਰਦਨਾਕ ਹੈ ਮੈਂ ਨਾ ਮੇਰੀ ਬੇਬੇ ਮੇਰੇ ਬਾਪੂ ਤੇ ਮੇਰੀ ਦਾਦੀ ਨੂੰ ਨਾ ਘਰੋਂ ਕੱਢਤਾ ਸੀਗਾ ਮੈਂ ਬੁਰੀ ਸੰਗਤ 'ਚ ਪੈ ਗਿਆ ਸੀਗਾ ਨਸ਼ੇ ਕਰਨ ਲੱਗ ਗਿਆ ਸੀਗਾ ਤੇ ਉਹਨਾਂ ਬਿਨਾ ਹੁਣ ਮੈਨੂੰ ਘਰ ਖਾਣ ਨੂੰ ਆਉਂਦਾ ਤੇ ਹੁਣ ਘਰੇ ਜਾਣ ਨੂੰ ਜੀ ਨਹੀਂ ਕਰਦਾ ਉਹਨਾਂ ਨੂੰ ਮੈਂ ਬਹੁਤ ਲੱਭਿਆ ਪਰ ਮਿਲ ਨਹੀਂ ਰਹੇ ਕੋਈ ਨਾ ਵੀਰੇ ਮੈਂ ਨਾ ਇੱਕ ਮਤਲਬ ਦੇਖੇ ਨੇ ਤੁਸੀਂ ਇੱਕ ਵਾਰ ਤੁਸੀਂ ਦੇਖ ਲਓ ਵੀ ਤੁਹਾਡੇ ਮਾਂ ਪਿਓ ਉਹੀ ਨੇ
मतलब आए ने वृद्ध आश्रम च तुम मिला देनी है मैं जे मिल जाना तो मैं ताडा बाला एहसानमंद होऊंगा कोई ना वीरे मैं देखती हूँ आज तुसी पहचान लोगे हाँ ठीक है खड़े हो जाओ वीरे तुसी आराम नाल देखो इधर ही तुम्हारे माँ पियो हाँ आ ही आ बापू बापू बेबे मैंने माफ कर दे बापू खड़ा हो बता बेबे बापू मैं माफ कर दे मैंने माफ कर दे दादी बापू माँ बस बस तू गल सुन साडे कर्म माड़े सी ये सब कुछ रब ने तो इतो जान बुझ के कराया असी ना बेबे नू कहिंदे हुंदे सी असी आपदी धी सुटे सी ओह धी सानू अज बिरध आश्रम चो मिली आ भैणे मैनू माफ कर दे ए तेरी भैण आ पुत्त हाँ कोई ना माफ कर आया बापू सानू भी तू भी धीए माफ कर दे असी बहुत वड्डी गलती कर बैठे कोई ना हुण सानू पता लग गया भी बुरे कर्मां दा फल इत्थे ही मिलदा बेबे हुण सानू समझ आ गई धीआं भी अजकल किसे तो घट नहीं पुत्तां दे बराबर ही है इस करके बेबे धीआं च फर्क ना करो कदे भी धीआं भी पुत्तां दे समान ही हुंदियां ने अज तां देखो कल्पना चावला वर्गियां मदर ट्रेसा वर्गियां कित्थों तक पहुंच गईयां सी ओह भी तां किसे दीआं धीआं सन पुत मेरे अखां दे ना पुत दी पट्टी बज्जी होई जी अज हुण ओह तू लाती माफ कर दे धीए आ जा हुण धीए तैनू असीं घरे रखिआ करांगे उत्थे ड्यूटी करके घरे आया कर चल आ जा बेबे आ तेरी दादी दी माड़ी सोच ने इत्थे तक पहुंचाते सी पुत ए फर्क करदी सी धी ते पुत च पर इहनूं इह नहीं पता सी वी आखिर ते मेरी धी कम आऊगी हाँ जी साडे वालों सारे नू प्यार भरी सत श्री अकाल जी हुणे हुणे जिहड़ी साडी वीडियो देखी ओह किवें लगी लाइक कमेंट शेयर करो जी नाले चैनल नू वध तों वध सबसक्राइब करो।